ਤੁਹਾਨੂੰ ਜਿਤਾਇਆ ਸੀ, ਉਹਨਾਂ ਨੂੰ ਹਰਾਇਆ ਸੀ, ਪਰ ਤੁਸੀਂ ਉਹਨਾਂ ਤੋਂ ਵੀ ਨਖਿੱਧ ਨਿਕਲਿਆ। ਸੋ ਜਾਂ ਇੰਜਾਮ ਦੇ ਲਈ ਭੁਗਤਣ ਲਈ ਤਿਆਰ ਰਹੋ, ਤੇ ਜਾਂ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕਰੋ। ਸਾਡੀ ਤੁਹਾਡੀ ਲੀਡਰਸ਼ਿਪ ਦੇ ਵਿੱਚ ਜਜ਼ਬਾ ਬਰਕਰਾਰ, ਇਹ ਜਜ਼ਬਾ ਤੁਸੀਂ ਭਰਿਆ, ਤੁਸੀਂ ਕੱਲ ਨੂੰ ਇਹਨੂੰ ਬਿਲਕੁਲ ਬੋਇਲਿੰਗ ਪੁਆਇੰਟ ਤੇ ਲੈ ਕੇ ਜਾਣਾ। ਇਸ ਕਰਕੇ ਬੇਨਤੀ ਆ, ਕੱਲ ਨੂੰ ਸਾਰੇ ਸਾਥੀ ਪਹੁੰਚੋ ਤੇ ਸਾਰੇ ਡਾਇਰੈਕਟੋਰੇਟ ਦੇ ਸਾਥੀ ਵੀ ਆਪਣੀ ਪੂਰੀ ਵਾਹ ਲਾ ਦੇਣ। ਆ ਸਰਕਾਰ ਦੀ ਜਿਹੜੀ ਹੈ ਗਿੱਚੀ ਦੇ ਉੱਤੇ ਆਪਾਂ ਗੋਡਾ ਰੱਖਣਾ। ਸੋ ਪ੍ਰਵਾਹ ਨਹੀਂ ਕਰਨੀ, ਕੱਲ ਨੂੰ ਸਾਡੇ CID ਦਾ ਵੀਰ, ਇੰਟੈਲੀਜੈਂਸ, ਪੁਲਿਸ ਜਿਹੜੀ ਵੀ ਹੈਗੀ, ਉਹਨਾਂ ਨੂੰ ਇਹ ਬੇਨਤੀ ਆ, ਉਹਨਾਂ ਨੂੰ ਅਫਸਰਾਂ ਸਾਹਿਬਾਨਾਂ ਨੂੰ ਬੇਨਤੀ ਆ, ਸਾਨੂੰ ਸਾਡੇ ਦਫ਼ਤਰ 'ਚ ਜਾਣ ਤੋਂ ਨਾ ਰੋਕਿਓ। ਜੇ ਰੋਕਿਆ ਤਾਂ ਫਿਰ ਬਾਹਰ ਜਿਹੜਾ ਕੜਮਾਸ ਪੈਣਾ, ਅਸੀਂ ਨਹੀਂ ਚਾਹੁੰਦੇ। ਅਸੀਂ ਸ਼ਾਂਤਮਈ ਕਿਹਾ ਤੇ ਅੰਦਰ ਅਸੀਂ ਸ਼ਾਂਤਮਈ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ, ਸਿਰਫ ਸ਼ਾਂਤਮਈ। ਸੋ ਸਾਨੂੰ ਸ਼ਾਂਤ ਰਹਿਣ ਦਿਓ, ਸਾਡੇ ਦਫ਼ਤਰ 'ਚ ਸਾਨੂੰ ਜਾਣ ਤੋਂ ਨਾ ਰੋਕਿਓ। ਸੋ ਤੁਹਾਡੀ ਉਡੀਕ ਦੇ ਵਿੱਚ ਅਸੀਂ ਸਾਰੇ ਕੱਲ੍ਹ ਤੁਹਾਡਾ ਇੰਤਜ਼ਾਰ ਕਰਾਂਗੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਸਾਥੀਓ। ਪੰਗੂ ਸਾਹਿਬ।